ਆਉਂਦਾ ਮੇਰੀ ਬੈਠ ਕੇ ਰਹਿਣਾ ਘਟਾਣਾ ਨਹੀਂ ਸੁਜਾਨਪੁਰ ਮੋੜ ਤੇ ਸਕੂਟੀ ਤੇ ਕਾਰ ਦੀ ਟੱਕਰ ਹੋਈ ਹੈ। ਤਿੰਨੋਂ ਪੇਸ਼ੈਂਟਾਂ ਨੂੰ ਦਾਖਲ ਕਰ ਲਿਆ ਗਿਆ ਤੇ ਉਹਨਾਂ ਦਾ ਇਲਾਜ ਚੱਲ ਰਿਹਾ। ਇੱਕ ਜਿਹੜੇ ਆਟੋ ਦਾ ਚਾਲਕ ਸੀ ਉਹਦਾ ਥੋੜਾ ਕੰਡੀਸ਼ਨ ਜਿਹੜੀ ਆ ਉਹ ਨਾਜ਼ੁਕ ਹੈ, ਉਹਦਾ ਆਪਾਂ ਟੈਕਸੀ ਉਸ ਤੇ ਕਰਾ ਕੇ ਦੇਖਾਂਗੇ ਤੇ ਇਲਾਜ ਜਾਰੀ ਰੱਖਾਂਗੇ। ਨਹੀਂ ਵਜੀਆਂ ਪਤਾ ਲੱਗੂ।